ਜਲਾਲਾਬਾਦ ਦੇ ਪਿੰਡ ਭਾਬੜਾ ਵਿਖੇ ਧੰਨ ਧੰਨ ਬਾਬਾ ਟਿੱਬੇ ਵਾਲਾ ਦੀ ਸਮਾਧ 'ਤੇ ਲੱਗਿਆ ਮੇਲਾ ਕਲਾਕਾਰਾਂ ਬੰਨੇ ਰੰਗ। ਜਲਾਲਾਬਾਦ ਨਜ਼ਦੀਕੀ ਪਿੰਡ ਚੱਕ ਭਾਬੜਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਬਾਬਾ ਟਿੱਬੇ ਵਾਲਾ ਦੀ ਸਮਾਧ 'ਤੇ ਮੇਲਾ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਲਗਾਇਆ ਗਿਆ। ਇਸ ਮੇਲੇ ਵਿੱਚ ਦੂਰੋਂ ਨੇੜੋਂ ਸੰਗਤਾਂ ਪਹੁੰਚ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਸਰਬਜੀਤ ਸਿੰਘ ਨੇ ਦੱਸਿਆ ਕਿ ਇਹ ਮੇਲਾ ਹਰ ਸਾਲ ਲਗਾਇਆ ਜਾਂਦਾ ਹੈ ਅਤੇ ਦੂਰੋਂ ਨੇੜੋਂ ਸੰਗਤਾਂ ਇੱਥੇ ਪਹੁੰਚ ਕੇ ਨਤਮਸਤਕ ਹੁੰਦੀਆਂ ਹਨ ਅਤੇ ਬਾਬਾ ਜੀ ਤੋਂ ਮੁਰਾਦਾਂ ਮੰਗਦੀਆਂ ਹਨ ਅਤੇ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਇਸ ਮੇਲੇ ਵਿੱਚ ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਮੇਲੇ ਵਿੱਚ ਹਰ ਸਾਲ ਕਲਾਕਾਰਾਂ ਵੱਲੋਂ ਰੰਗ ਬੰਨੇ ਜਾਂਦੇ ਹਨ। ਇਸ ਸਾਲ ਉੱਘੇ ਗਾਇਕ BS ਪੱਟੀ ਅਤੇ ਬੀਬਾ ਜਸ਼ਨਮੀਤ ਕੌਰ ਪਹੁੰਚੇ, ਜਿਨ੍ਹਾਂ ਵੱਲੋਂ ਲੋਕਾਂ ਨੂੰ ਝੂਮਣ ਲਾ ਦਿੱਤਾ। ਉਹਨਾਂ ਕਿਹਾ ਕਿ ਮੇਲਾ ਕਮੇਟੀ, ਇਲਾਕਾ ਵਾਸੀ ਅਤੇ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਇਹ ਮੇਲਾ ਨੇਪਰੇ ਚਾੜਿਆ ਜਾਂਦਾ ਹੈ। ਤੁਸੀਂ ਵੀ ਦੇਖੋ ਇਹ ਤਸਵੀਰਾਂ। ਜਲਾਲਾਬਾਦ ਤੋਂ ਬੰਟੀ ਦਹੂਜਾ ਦੀ ਵਿਸ਼ੇਸ਼ ਰਿਪੋਰਟ। ਭਰੀ ਹੋ ਗਏ ਲੱਭੀ ਚੰਗੀ ਲੱਗੇ ਦੁਨੀਆ ਨੀਆਂ ਚੜ੍ਹਦੀਆਂ ਚਿੜਕਾਲੇ ਮਾਂ।
ਕੈਪਟਨ ਜਸ਼ਨਮੀਤ। ਸੋ ਅੱਜ ਬਾਬਾ ਟਿੱਬੇ ਵਾਲੀ ਸਰਕਾਰ ਦੇ ਦਰਬਾਰ 'ਤੇ ਹਾਜ਼ਰੀ ਲਵਾਉਣ ਆਏ ਸੀ ਪਿੰਡ ਚੱਕ ਭਾਵੜਾ। ਸੋ ਜ਼ਿਲ੍ਹਾ ਫਾਜ਼ਿਲਕਾ ਦੇ ਪਹੁੰਚੇ ਸੀ ਬਾਬਾ ਜੀ ਦਰਬਾਰ 'ਤੇ, ਔਰ ਧੰਨਵਾਦ ਆ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਵੀਰੂ ਭਾਵੜਾ ਜੀ, ਔਰ ਬਹੁਤ ਹੀ ਸਤਿਕਾਰਯੋਗ ਬਾਈ ਸਰਬਜੀਤ ਸਰਪੰਚ ਜੀ, ਔਰ ਸਮੁੱਚੀ ਨਗਰ ਪੰਚਾਇਤ ਪ੍ਰਬੰਧਕ ਕਮੇਟੀ ਸਭ ਦੇ ਸਹਿਯੋਗ ਦੇ ਨਾਲ ਮੇਲਾ ਬਹੁਤ ਵਧੀਆ ਗਿਆ। ਸ਼ੁਕਰੀਆ ਅਦਾ ਕਰਦੇ ਹਾਂ ਜਿੰਨੇ ਵੀ ਇੱਥੇ ਮੀਡੀਆ ਪਰਿਵਾਰ ਪਹੁੰਚਿਆ, ਵਿਸ਼ੇਸ਼ ਤੌਰ 'ਤੇ ਧੰਨਵਾਦ ਸਾਡਾ ਭਰਾ ਬੰਟੀ ਜੀ ਪਹੁੰਚੇ ਜਗਬਾਣੀ ਤੋਂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਸਾਲ 17 ਜਨਵਰੀ ਦਿਨ ਬੁੱਧਵਾਰ, ਇਸ ਸਾਲ ਬੁੱਧਵਾਰ ਹੈ, ਅੱਗੇ ਪਿੱਛੇ ਵੀਰਵਾਰ ਮੰਗਲਵਾਰ, ਇਸ ਤਰ੍ਹਾਂ ਆਉਂਦਾ ਹਰ ਸਾਲ। ਤਾਂ ਬਹੁਤ ਵਧੀਆ ਸਾਡਾ ਸਾਰਾ ਨਗਰ, ਜਿੰਨੇ ਵੀ ਐਕਸ ਸਰਪੰਚ ਜਾਂ ਮੌਜੂਦਾ ਸਰਪੰਚ, ਬਲਾਕ ਸੰਮਤੀ ਮੈਂਬਰ, ਮੇਲਾ ਕਮੇਟੀ ਦੀ ਸਮੂਹ ਟੀਮ, ਔਰ ਨੌਜਵਾਨ ਵੀਰ ਜਿਹੜੇ ਲੰਗਰ ਦੀ ਸੇਵਾ ਕਰਦੇ ਨੇ, ਸਾਰਾ ਪਿੰਡ ਇਕੱਤਰ ਹੋ ਕੇ ਇੱਕ ਜਾਨ ਹੋ ਕੇ ਇਸ ਮੇਲੇ ਦੇ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਨੇ। ਔਰ ਆਸ ਪਾਸ ਦੇ ਪਿੰਡ ਜਿਹੜੇ ਨੇ, ਜਿਵੇਂ ਚੱਕ ਖੁੰਡ ਵਾਲਾ ਲੈ ਲਓ, ਹੀਰੇ ਵਾਲਾ ਲੈ ਲਓ, ਚੱਕ ਮੰਮਦੇ ਵਾਲਾ ਲੈ ਲਓ, ਚੱਕ ਸੋਤਰੀਆਂ, ਉੱਥੋਂ ਦੇ ਲੋਕ ਵੀ ਸਮੁੱਚੇ ਇਸ ਮੇਲੇ ਦੇ ਵਿੱਚ ਆ ਕੇ ਅਤੇ ਮੇਲੇ ਦੀ ਸ਼ਾਨ ਨੂੰ ਵਧਾਉਂਦੇ ਨੇ, ਔਰ ਪਿੰਡ ਦੇ ਨਾਲ ਸਹਿਯੋਗ ਕਰਦੇ।